ਸਾਰੀ ਦਿਹਾੜੀ ਐਂ ਕਰੀ ਜਾਂਦਾ, ਮੈਨੂੰ ਨਾ ਅੱਧਾ ਹੀ ਲੈਣ ਦਿੰਦਾ ਨਾ ਆਪ ਲੈਂਦਾ ਹੈ, ਇੰਨਾ ਢੀਠ ਆ। ਲੈ ਲੈ ਦੱਸੋ ਇਹਦਾ ਕੀ ਰਜਾਈ ਨਾਲ। ਲੈ ਮੈਨੂੰ ਵੀ ਨਹੀਂ ਲੈਣ ਦੇਣੀ, ਇਹਨੇ ਆਕੜ ਕੇ ਬਹਿ ਗਿਆ, ਦੇਖ ਲਓ ਰਜਾਈ ਕਰਤਾ, ਮੇਰੇ ਤੋਂ ਵੀ ਤਾਰਤੀ ਆਪ ਵੀ, ਕਿਉਂ ਨਹੀਂ ਲੈਣੀ ਵੀ ਰਜਾਈ। ਲੈ 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 ਦੇਖ ਲਓ, ਇੰਨਾ ਦੁਖੀ ਕਰਦਾ ਹੈ ਸਾਰੀ ਰਾਤ। ਚੱਲ ਹੁਣ ਉਹ ਬਹਿ ਜਾਣਾ ਇਹਨੇ, ਹੁਣ ਜਦ ਮੈਂ ਰਜਾਈ ਲੈਣੀ ਹੈ ਇਹਨੇ ਫੇਰ ਆ ਜਾਣਾ। ਅੱਜ ਤੁਹਾਨੂੰ ਦਿਆਲਪੁਰਾ ਦਿਖਾਉਂਦੇ ਹਾਂ, ਇਹ ਆ ਨਾ ਦਿਆਲਪੁਰਾ। ਹਾਂ ਦਿਆਲਪੁਰਾ, ਉਹ ਦੇਖੋ ਕੀਨੇ ਇਹ, ਇਹ ਦੇਖੋ ਬੱਚੇ। ਸਰ ਦਿਆਲਪੁਰੇ ਦੀਆਂ ਬੀਹੀਆਂ ਦੇਖ ਲਓ ਮਹਾਰਾਜ, ਲਓ ਜੀ ਦਿਆਲਪੁਰੇ ਦੀਆਂ ਬੀਹੀਆਂ ਦੇਖ ਲਓ ਤੁਸੀਂ। ਇੱਧਰ ਨੂੰ ਚੱਲਦੇ ਹਾਂ ਸਰ, ਬੈਠਣ ਨੂੰ ਜਗ੍ਹਾ ਬਣੀ ਹੋਈ ਆ। ਉਹ ਖੜਾ ਆਪਣਾ ਮੋਟਰਸਾਈਕਲ ਅੰਦਰ 'ਚ ਜਾ ਕੇ, ਆਪਾਂ ਉੱਪਰ ਜੀ ਘੁੰਮਦੇ ਹੋਏ ਬੀਹੀਆਂ ਘੁੰਮਾਉਂਦੇ ਹੋਏ ਤੁਹਾਨੂੰ ਫਿਰ ਵਾਪਸ ਉੱਥੇ ਹੀ ਆ ਚੱਲੇ। ਦੇਖ ਲਓ ਦਿਆਲਪੁਰੇ ਦੇ ਖੇਤ, ਤੂਤੀਆਂ ਲੱਗੀਆਂ ਹੋਈਆਂ ਛੋਟੀਆਂ ਛੋਟੀਆਂ ਸਰ।
ਅੱਗੇ ਅਸੀਂ ਬਹੁਤ ਖਾਂਦੇ ਹੁੰਦੇ ਸੀਗੇ, ਉਹ ਵਿੱਚ ਕਿਨੂੰ ਥੋੜ੍ਹੀਆਂ ਥੋੜ੍ਹੀਆਂ ਲੱਗੀਆਂ ਹੋਈਆਂ। ਆਹ ਦੇਖੋ ਆਹ ਲੱਗੀ ਬਹੁਤ ਛੋਟੇ ਹੁੰਦੇ ਖਾਂਦੇ ਹੁੰਦੇ ਸੀਗੇ। ਹੁਣ ਤੁਹਾਨੂੰ ਅਗਲਾ ਪਿੰਡ ਘੁਮਾਇਆ ਜਾਊਗਾ, ਦੇਖੇਂਗੇ ਹੁਣ ਕਿਹੜੇ ਪਿੰਡ ਜਾਂਦੇ ਹਾਂ ਆਪਾਂ। ਛੋਟਾ ਜਿਹਾ ਹੀ ਪਿੰਡ ਸੀ ਇਹ, ਠੀਕ ਹੈ ਜੀ। ਇਹ ਨੇ ਉਹ ਦਿਆਲਪੁਰਾ ਪਿੰਡ, ਇਹਦੇ ਆਲੇ ਦੁਆਲੇ ਦੇ ਖੇਤ ਦੇਖ ਲਓ। ਇੱਧਰ ਮੇਰਾ ਖਿਆਲ ਆਲੂ ਬੀਜੇ ਹੋਏ ਨੇ ਲੋਕਾਂ ਨੇ, ਜੱਟਾਂ ਨੇ। ਕੋਈ ਸ਼ੱਕ ਨਹੀਂ, ਬਖੂਬੀ ਜਾਣਤਾ ਹੂੰ ਆਪਕੋ। ਕੌਨ ਹੈ ਆਪ? ਮੇਰਾ ਨਾਮ ਲਓ ਜੀ, ਅੱਜ ਆਏ ਆਪਕੇ ਮਿਲ ਚ ਆਏ ਹਾਂ ਅੱਜ ਆਪਾਂ। ਹਾਂਜੀ ਬਹੁਤ ਸੋਹਣੀ ਪਾਰਕ ਬਣਾਈ ਹੋਈ ਹੈ ਇਹਨਾਂ ਨੇ। ਅੱਜ ਅਸੀਂ ਮਿਲ 'ਚ ਆਏ ਹੋਏ ਹਾਂ ਐਕਸ਼ਨ ਮਿਲ। ਹੋ ਗਿਆ ਦੇ ਲਓ ਮਿਲ ਕਿੰਨੀ ਸੋਹਣੀ ਆ। ਹੁਣ ਆਪਾਂ ਆਏ ਹਾਂ ਮਿਕਸ ਪਕੌੜੇ ਲੈਣ ਅਤੇ ਗੁਲਾਬ ਜਾਮਣਾ ਗਰਮ ਗਰਮ, ਠੀਕ ਆ ਜੀ। ਚਲੋ ਫਿਰ ਲੈਂਦੇ ਹਾਂ ਵੀ ਮੁੰਡਿਆ। ਕੇਕ ਸਜੇ ਪਏ ਨੇ, ਪੀਸ ਡੋਕਲਾ ਚੈੱਕ ਕਰਦੇ ਹਾਂ। ਪਨੀਰ ਪਕੌੜੇ ਲੈ ਲਏ ਆਪਾਂ, ਗੁਲਾਬ ਜਾਮਣਾ ਲੈ ਲਈਆਂ। ਆਹ ਦੇਖੋ ਠੀਕ ਆ ਜੀ। ਚਲੋ ਫਿਰ ਹੁਣ ਚੱਲੀਏ ਆਪਾਂ।